ਪਹਿਲਾ ਦਿਨ ਜਾਣ ਪਛਾਣ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੁਸਕਾਨ ਹੈ ਤੁਸੀਂ ਕਿਹੜੀ ਜਮਾਤ ਵਿੱਚ ਪੜਦੇ ਹੋ ਮੈਂ 8ਵੀਂ ਜਮਾਤ ਵਿੱਚ ਪੜਦੀ ਹਾਂ ਤੁਹਾਡੇ ਮਾਤਾ ਪਿਤਾ ਦਾ ਕੀ ਨਾਮ ਹੈ ਮੇਰੀ ਮਾਂ ਦਾ ਨਾਮ Kusum ਤੇ ਪਿਤਾ ਦਾ ਨਾਮ ਪ੍ਰਕਾਸ਼ ਹੈ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਜਲੰਧਰ ਰਹਿੰਦੀ ਹਾਂ ਦੂਜਾ ਤੇ ਤੀਜਾ ਦਿਨ ਮੇਰਾ ਸਕੂਲ ਤੁਹਾਡੇ ਸਕੂਲ ਦਾ ਕੀ ਨਾਮ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਬਾਲ ਵਿਦਿਆਲਾ ਹੈ। ਤੁਹਾਡੀ ਜਮਾਤ ਦੇ ਅਧਿਆਪਕ ਕਿਹੜਾ ਵਿਸ਼ੇ ਪੜਾਉਂਦੇ ਹਨ? ਮੇਰੇ ਜਮਾਤ ਦੇ ਅਧਿਆਪਕ ਪੰਜਾਬੀ ਭਾਸ਼ਾ ਪੜਾਉਂਦੇ ਹਨ। ਤੁਹਾਡੀ ਕਿਹੜੇ ਵਿਸ਼ੇ ਵਿੱਚ ਵਧੇਰੇ ਰੁਚੀ ਹੈ? ਮੈਨੂੰ ਭਾਸ਼ਾ ਪੜ੍ਹਨੀ ਚੰਗੀ ਲੱਗਦੀ ਹੈ। ਤੁਹਾਨੂੰ ਭਾਸ਼ਾ ਪੜ੍ਹਨੀ ਕਿਉਂ ਚੰਗੀ ਲੱਗਦੀ ਹੈ? ਇਸ ਵਿੱਚ ਕਵਿਤਾਵਾਂ, ਕਹਾਣੀਆਂ ਤੇ ਨਾਟਕ ਹੁੰਦੇ ਹਨ। ਹਾਂ, ਨਾਟਕ ਤਾਂਸੀਂ ਖੇੜ ਵੀ ਸਕਦੇ ਆ। ਤੁਸੀਂ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਬੋਲ ਸਕਦੇ ਹੋ? ਮੈਂ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਖਾਸੀ ਬੋਲ ਸਕਦਾ ਹਾਂ ਚੌਥਾ ਦਿਨ ਮੇਰੇ ਮਾਤਾ ਪਿਤਾ ਤੁਹਾਡੇ ਘਰ ਖਾਣਾ ਕੌਣ ਪਕਾਉਂਦਾ ਹੈ ਸਾਡੇ ਘਰ ਵਿੱਚ ਮਾਂ ਅਤੇ ਪਿਤਾ ਜੀ ਦੋਵੇਂ ਖਾਣਾ ਪਕਾਉਂਦੇ ਹਨ ਤੁਹਾਨੂੰ ਸਕੂਲ ਕੌਣ ਛੱਡਣ ਜਾਂਦਾ ਹੈ ਮੈਨੂੰ ਸਕੂਲ ਕਦੇ ਮਾਂ ਤੇ ਕਦੇ ਪਿਤਾ ਦੋਨੋਂ ਛੱਡਣ ਆਉਂਦੇ ਹਨ ਮਾਪੇ ਅਧਿਆਪਕ ਪੇਰੈਂਟ ਟੀਚਰ ਮੀਟਿੰਗ ਵਿੱਚ ਕੌਣ ਆਉਂਦੇ ਹਨ ਪੀਟੀਐਮ ਵਿੱਚ ਕਦੇ ਮਾਂ ਅਤੇ ਕਦੇ ਪਿਤਾ ਜੀ ਆਉਂਦੇ ਹਨ ਪੰਜਵਾਂ ਦਿਨ ਖਾਨਪਨ ਤਨੂ ਖਾਣੇ ਵਿੱਚ ਕੀ ਪਸੰਦ ਹੈ ਮੈਨੂੰ ਖਾਣੇ ਵਿੱਚ ਖਿਚੜੀ ਪਸੰਦ ਹੈ ਤੁਹਾਡੇ ਇਲਾਕੇ ਵਿੱਚ ਕਿਹੜਾ ਫਲ ਵਧੇਰੇ ਮਿਲਦਾ ਹੈ ਸਾਡੇ ਇਲਾਕੇ ਵਿੱਚ ਅੰਬਰੂਦ ਅੰਗੂਰ ਤੇ ਕਿਨੂ ਵਧੇਰੇ ਮਿਲਦੇ ਹਨ ਪਰ ਮੈਨੂੰ ਅੰਬ ਵਧੇਰੇ ਪਸੰਦ ਹੈ 6ਵਾਂ ਦਿਨ ਸਿਹਤ ਤੁਸੀਂ ਸਵੇਰੇ ਕਦੋਂ ਉੱਠਦੇ ਹੋ ਮੈਂ ਸਵੇਰੇ 6 ਵਜੇ ਉੱਠਦੀ ਹਾਂ ਕੀ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ ਹਾਂ ਮੈਂ ਯੋਗਾ ਕਰਦੀ ਹਾਂ ਕੀ ਤੁਹਾਡੇ ਸਕੂਲ ਵਿੱਚ ਕੋਈ ਯੋਗਾ ਸਿਖਾਉਣ ਵਾਲਾ ਹੈ ਹਾਂ ਸਾਡੇ ਸਕੂਲ ਵਿੱਚ ਯੋਗਾ ਸਿਖਾਉਣ ਵਾਲਾ ਹੈ ਉਹ ਸਾਨੂੰ ਯੋਗਾ ਤੇ ਹੋਰ ਕਸਰਤਾਂ ਕਰਾਉਂਦੇ ਹਨ ਸਤਵਾਂ ਦਿਨ ਖੇਡਾਂ ਤੁਹਾਨੂੰ ਖੇਡਣਾ ਪਸੰਦ ਹੈ ਹਾਂ ਮੈਨੂੰ ਕਬੱਡੀ ਖੇਡਣੀ ਪਸੰਦ ਹੈ ਮੈਨੂੰ ਇੰਡੋਰ ਖੇਡ ਪਸੰਦ ਹੈ ਅਤੇ ਤੁਹਾਨੂੰ ਮੈਨੂੰ ਵੀ ਮੈਂ ਟੇਬਲ ਟੈਨਿਸ ਖੇਡਦੀ ਹਾਂ ਤੁਸੀਂ ਵੀਡੀਓ ਗੇਮ ਖੇਡਦੇ ਹੋ ਨਹੀਂ ਮੈਨੂੰ ਵੀਡੀਓ ਗੇਮ ਪਸੰਦ ਨਹੀਂ ਹੈ ਮੈਨੂੰ ਬਾਹਰ ਖੇਡਣਾ ਪਸੰਦ ਹੈ ਜਿਵੇਂ ਕਬੱਡੀ 8ਵਾਂ 9ਵਾਂ ਤੇ 10ਵਾਂ ਦਿਨ ਸਾਡੇ ਆਸ-ਪਾਸ ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਦਰਿਆ ਵਹਿੰਦੇ ਹਨ ਸਾਡੇ ਇਲਾਕੇ ਵਿੱਚ ਬਿਆਸ ਦਰਿਆ ਵਹਿੰਦਾ ਹੈ ਉਸ ਦੇ ਕੰਢੇ ਉੱਪਰ ਬਹੁਤ ਸਾਰੇ ਬਾਗ ਹਨ ਅਸੀਂ ਸਾਰੇ ਉੱਥੇ ਕੁੰਮਣ ਜਾਂਦੇ ਹਾਂ ਤੁਸੀਂ ਕਿੱਥੇ ਕੁੰਮਣ ਜਾਂਦੇ ਹੋ ਅਸੀਂ ਪਾਰਕ ਵਿੱਚ ਕੁੰਮਣ ਜਾਂਦੇ ਹਾਂ ਸਾਡੇ ਸ਼ਹਿਰ ਦੇ ਪਾਰ ਇੱਕ ਪਹਾੜ ਹੈ ਇੱਕ ਕੁੰਮਣ ਫਿਰਨ ਲਈ ਚੰਗੀ ਥਾਂ ਹੈ ਕੀ ਤੁਹਾਡੇ ਇਲਾਕੇ ਵਿੱਚ ਖੇਤ ਹਨ ਹਾਂ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਖੇਤ ਹਨ ਉੱਥੇ ਜੰਗਲ ਵੀ ਹੈ ਉਸ ਜੰਗਲ ਵਿੱਚ ਇੱਕ ਚਰਨਾ ਹੈ ਤੁਸੀਂ ਚਰਨਾ ਵੇਖਿਆ ਹੈ ਨਹੀਂ ਮੈਂ ਵੇਖਣਾ ਚਾਹੂੰਗਾ ਸਾਡੇ ਪਿੰਡ ਆਣਾ ਮੈਂ ਤੁਹਾਨੂੰ ਚਰਨਾ ਦਿਖਾਉਂਗੀ 11ਵਾਂ ਦਿਨ ਮੌਸਮ ਓਹ ਅੱਜ ਬਹੁਤ ਗਰਮੀ ਹੈ ਹੁਣ ਮੀਂਹ ਪੈਣਾ ਚਾਹੀਦਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਹੈ ਇੱਥੋਂ ਦਾ ਮੌਸਮ ਜ਼ਿਆਦਾਤਰ ਆਮ ਜਦ ਗਰਮ ਰਹਿੰਦਾ ਹੈ ਕੀ ਤੁਸੀਂ ਰੇਗਿਸਤਾਨ ਵੇਖਿਆ ਹੈ ਨਹੀਂ ਮੈਂ ਰੇਗਿਸਤਾਨ ਨਹੀਂ ਵੇਖਿਆ ਉੱਥੇ ਤਾਂ ਬਹੁਤ ਗਰਮੀ ਪੈਂਦੀ ਹੈ ਹਾਂ ਪਰ ਰਾਤ ਨੂੰ ਰੇਤ ਠੰਡੀ ਹੋ ਜਾਂਦੀ ਹੈ ਹਾਂ ਮੈਂ ਵੀ ਰੇਗਿਸਤਾਨ ਵੇਖਣਾ ਚਾਹੁੰਦੀ ਹਾਂ ਮੈਂ ਪਿਛਲੀ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਪਰਿਵਾਰ ਨਾਲ ਪਹਾੜਾ ਉੱਤੇ ਕੁੰਮਣ ਗਿਆ ਸੀ ਉੱਥੇ ਸਰਦੀਆਂ ਵਿੱਚ ਬਹੁਤ ਬਰਫ਼ ਪੈਂਦੀ ਹੈ 12ਵਾਂ 13ਵਾਂ 14ਵਾਂ ਅਤੇ 15ਵਾਂ ਦਿਨ ਮੇਲੇ ਤਿਉਹਾਰ ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ ਮੇਰਾ ਮਨਪਸੰਦ ਤਿਉਹਾਰ ਦੀਵਾਲੀ ਹੈ ਦੀਵਾਲੀ ਮੈਨੂੰ ਵੀ ਬਹੁਤ ਪਸੰਦ ਹੈ ਪਰ ਮੈਨੂੰ ਹੋਲੀ ਜ਼ਿਆਦਾ ਪਸੰਦ ਹੈ ਹੋਲੀ ਵਿੱਚ ਅਸੀਂ ਬਹੁਤ ਰੰਗ ਪਾਉਂਦੇ ਹਾਂ ਤਿਉਹਾਰਾਂ ਵਿੱਚ ਅਸੀਂ ਬਹੁਤ ਮਿਠਾਈਆਂ ਖਾਂਦੇ ਹਾਂ ਜਿਵੇਂ ਸੇਵੀਆਂ ਇਹਦਾ ਖਾਸ ਪਕਵਾਨ ਹੈ ਤਿਉਹਾਰਾਂ ਸਮੇ ਮੇਲੇ ਵਿੱਚ ਵੀ ਜਾਣਾ ਚੰਗਾ ਲੱਗਦਾ ਹੈ ਹਾਂ ਮੈਨੂੰ ਵੀ ਜਾਣਾ ਪਸੰਦ ਹੈ ਤੁਹਾਡੇ ਸਕੂਲ ਵਿੱਚ ਸਤੰਤਰਤਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ ਅਸੀਂ ਝੰਡਾ ਲਹਿਰਾਉਂਦੇ ਹਾਂ ਰਾਸ਼ਟਰੀ ਗਾਣ ਗਾਉਂਦੇ ਹਾਂ ਲੱਡੂ ਵੀ ਖਾਂਦੇ ਹਾਂ ਇਸ ਤਰ੍ਹਾਂ ਗਣਤੰਤਰ ਦਿਵਸ ਵੀ ਮਨਾਇਆ ਜਾਂਦਾ ਹੈ। 2 ਅਕਤੂਬਰ ਗਾਂਧੀ ਜੰਤੀ ਨੂੰ ਅਸੀਂ ਸਵੱਛਤਾ ਦਿਵਸ ਮਨਾਉਂਦੇ ਹਾਂ। ਸਾਡੇ ਸਕੂਲ ਵਿੱਚ ਮਾਂ ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ ਜੋ 21 ਫਰਵਰੀ ਨੂੰ ਹੁੰਦਾ ਹੈ। 16ਵਾਂ ਅਤੇ 17ਵਾਂ ਦਿਨ ਰਿਸ਼ਤੇ ਨਾਤੇ। ਤੁਹਾਡੇ ਘਰ ਵਿੱਚ ਕੌਣ-ਕੌਣ ਰਹਿੰਦੇ ਹਨ? ਸਾਡੇ ਘਰ ਵਿੱਚ ਮਾਤਾ, ਪਿਤਾ ਜੀ, ਦਾਦਾ-ਦਾਦੀ ਜੀ, ਚਾਚਾ-ਚਾਚੀ ਜੀ ਅਤੇ ਮੇਰੀ ਭੈਣ ਹੈ। ਕੀ ਤੁਸੀਂ ਕਦੇ ਆਪਣੇ ਮਾਮੇ ਦੇ ਘਰ ਜਾਂਦੇ ਹੋ? ਹਾਂ ਮੈਂ ਛੁੱਟੀ ਵਾਲੇ ਦਿਨਾਂ ਵਿੱਚ ਮਾਮੇ ਦੇ ਘਰ ਜਾਂਦੀ ਹਾਂ ਉੱਥੇ ਬਹੁਤ ਚੰਗਾ ਲੱਗਦਾ ਹੈ ਉੱਥੇ ਮੇਰੇ ਮਾਮਾ ਮਾਮੀ ਮਾਸੀ ਅਤੇ ਨਾਨਾ ਨਾਨੀ ਰਹਿੰਦੇ ਹਨ ਸਾਡੀ ਨਾਨੀ ਸਾਨੂੰ ਬਹੁਤ ਕਹਾਣੀਆਂ ਸੁਣਾਉਂਦੀ ਹੈ ਕਿ ਤੁਸੀਂ ਵੀ ਆਪਣੇ ਮਾਮੇ ਦੇ ਘਰ ਜਾਂਦੇ ਹੋ ਹਾਂ ਮੈਂ ਤਾਂ ਆਪਣੇ ਮਾਮਾ ਤੇ ਪੂਆ ਦੋਹਾਂ ਦੇ ਘਰ ਜਾਂਦਾ ਹਾਂ ਮੇਰੀ ਪੂਆ ਦੇ ਘਰ ਇੱਕ ਕੁੱਤਾ ਅਤੇ ਇੱਕ ਬਿੱਲੀ ਵੀ ਹੈ ਸਾਡੇ ਘਰ ਵਿੱਚ ਗਾਂ ਤੇ ਵੱਛਾ ਹਨ ਸਾਡੇ ਪਿੰਡ ਵਿੱਚ ਮੱਝ ਅਤੇ ਬੱਕਰੀਆਂ ਵੀ ਹਨ ਮੇਰੇ ਘਰ ਵਿੱਚ ਇੱਕ ਤੋਤਾ ਸੀ ਇੱਕ ਦਿਨ ਉਹ ਉੱਡ ਗਿਆ ਮੈਨੂੰ ਬੜਾ ਮਜ਼ਾ ਆਇਆ 18ਵਾਂ ਤੇ 19ਵਾਂ ਦਿਨ ਸਫ਼ਰ ਤੁਸੀਂ ਸਕੂਲ ਦੀਆਂ ਛੁੱਟੀਆਂ ਵਿੱਚ ਕਿੱਥੇ ਜਾਣਾ ਪਸੰਦ ਕਰਦੇ ਹੋ ਮੈਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਪਹਾੜਾਂ ਤੇ ਜਾਣਾ ਪਸੰਦ ਹੈ ਐਨਾ ਛੁੱਟੀਆਂ ਵਿੱਚ ਕਿੱਥੇ ਜਾ ਰਹੇ ਹੋ ਮੈਂ ਐਨਾ ਛੁੱਟੀਆਂ ਵਿੱਚ ਸਿੱਕਮ ਜਾਂ ਕਸ਼ਮੀਰ ਜਾ ਰਹੀ ਹਾਂ ਮੇਰਾ ਮਨ ਤਾਂ ਸਰਦੀ ਦੀਆਂ ਛੁੱਟੀਆਂ ਵਿੱਚ ਗੋਆ ਜਾਂ ਅੰਦਮਨ ਜਾਣ ਨੂੰ ਕਰਦਾ ਹੈ ਓਏ ਅੰਦੀਮਾਂਤ ਸਮੁੰਦਰ ਦੇ ਅੰਦਰ ਉੱਥੇ ਕਿਵੇਂ ਜਾਂਦੇ ਹਾਂ ਉੱਥੇ ਹਵਾਈ ਜਹਾਜ਼ ਅਤੇ ਪਾਣੀ ਵਾਲੇ ਜਹਾਜ਼ ਦੋਹਾਂ ਰਾਹੀਂ ਜਾ ਸਕਦੇ ਹਾਂ ਵਿਵਾਦਨ ਮੇਰੇ ਸੁਪਨੇ ਟੀਚੰਗ ਤੁਸੀਂ ਪੜ੍ਹ ਲਿਖ ਕੇ ਕੀ ਬਣਨਾ ਚਾਹੁੰਦੇ ਹੋ ਮੈਂ ਲੇਖਕ ਬਣਨਾ ਚਾਹੁੰਦੀ ਹਾਂ ਮੈਂ ਆਪਣੇ ਘਰੇਲੂ ਕੰਮ ਤੰਦੇ ਵਿੱਚ ਸਹਿਯੋਗ ਦੇਵਾਂਗਾ ਕਿਸ ਤਰ੍ਹਾਂ ਦੇ ਕੰਮ ਤੰਦੇ ਖੇਤੀਬਾੜੀ ਬਾਗਬਾਨੀ ਦੁਕਾਨ ਤੇ ਕੱਪੜੇ ਦਾ ਕਾਰੋਬਾਰ ਮੈਂ ਸਿਆਸਤ ਵਿੱਚ ਜਾਣਾ ਚਾਹੁੰਦੀ ਹਾਂ ਮੇਰਾ ਸੁਪਨਾ ਐਵਰੇਸਟ ਉੱਤੇ ਜਾਣ ਦਾ ਹੈ ਮੈਂ ਤਾਂ ਫੌਜੀ ਬਣਨਾ ਚਾਹੁੰਦੀ ਹਾਂ